कहिंदे आ कि चंगे बंदियां दी रब नूं वी लोड़ हुंदी आ। पंजाब ने अज एक इहोजा अनमुल्ला हीरा जड़ा गवाया, सतनाम सिंह खट्टड़ा, जो कि कबड्डी का एक बहुत ही अहम खिडारी सीगा, बहुत धूमां सी आउंदियां, और लट्ठा खट्ठा जवान जिहड़ा अज इस दुनिया तो चला गया। सारे पंजाबियों नूं उहदे जाण नाल बहुत जिहड़ा दुख हैगा। मेरे नाल इस वेले उहदे कुछ नज़दीकी यार दोस्त हैगे ने, जिहड़े कि चौंकी मान दे विच उहदे नाल खेलदे वी रहे ते उहनां नूं मिलदे वी रहे ने, गल वी करदे उहनां दे नाल, ते पुछदे आ कि किद्दां दा सुभाअ दा सीगा सतनाम सिंह खट्टड़ा और अज जिहड़ा अचानक उह चला गया, इहदे बारे गल करांगे। हाँ जी, की नाम तुहाडा? मेरा जी हरविंदर सिंह गरेवाल, SGS सिक्योरिटी जी। मैं सतनाम सिंह खट्टड़ा नूं परसनल नहीं जाणदा सीगा कि बंदे बहुत अच्छे बंदे सी, समाज सेवी सी, लोगों की सेवा भावना बहुत करते सीगे। असी एक दूजे नूं मिलदे चुलदे सी, फोन ते भी अटैच सी, वट्सएप ते भी अटैच सी। साडा SGS ग्रुप सी, साडे ग्रुप दी बहुत हैल्प करदे सी, समाज सेवी बंदे सीगे। लेकिन इन्ना क सानू मीडिया के थ्रू पता लग्गिया कि उन्हां दी डैथ हो गई, पहलां तां सानू यकीन नहीं होया। जदों असी देखिया वाकई खोज पड़ताल की डैथ हो गई है जी उन्हां दी, सानू दुख है भी अज असी एक अपना भरा नौजवान जिहड़ा खिडारी सी कुश्ती का पहलवान, वह अज साडी दुनिया तो सानू अलविदा कह गया। इस करके परमात्मा की शांति बख्शे जी। असी ये कहने जी सानू बहुत अच्छा बंदा, उहदे वर्गा सानू कदे मिल नहीं सकता, साडी बहुत हैल्प कीती है उन्हें, बहुत अच्छा बंदा सीगा जी। किद्दां दे तुहाडा रिलेशन साडे जी? बहुत वधिया सीगे जी, असी एक दूजे नाल ग्रुप दे फेसबुक दे थ्रू भी अटैच सीगे, वट्सएप दे अटैच सी, परसनल भी अटैच सीगे सी। मेरी आपदी कंपनी आ, टाइटन सो मुंडा बाउंसर आ मेरे कोल, उहदे करके असी बहुत ज़्यादा अटैच सी उहदे नाल। सानू बंदे भी दिंदा सीगा, असी उहनूं एक दूजे नूं मिलदे सीगे, कोठे उड़दे बहिंदे भी सीगे जी। लास्ट टाइम कदों मिले जी? लास्ट टाइम असी चौकी मान मिले सीगे जी, उत्थे फंक्शन होया सी कॉलेज दे विच जी, ਉਦਾਂ ਅਸੀਂ ਮੁਲਾਕਾਤ ਬੈਠੇ ਸੀ, ਇਕੱਠੇ ਖਾਧਾ ਪੀਤਾ ਵੀ ਸੀਗਾ, ਇਕੱਠੇ 2-3 ਘੰਟੇ ਸੀ ਇੱਕ ਦੂਜੇ ਨਾਲ ਐਕਸਪੈਰੀਮੈਂਟ ਕੀਤਾ ਸੀਗਾ ਜੀ। ਕੁਝ ਤੁਹਾਡੇ ਕੋਲ ਉਹਨਾਂ ਦੀਆਂ ਯਾਦਾਂ ਹੋਣਗੀਆਂ? ਯਾਦਾਂ ਜੀ ਕੁਝ ਫੋਟੋਆਂ ਹੈਗੀਆਂ ਜੀ, ਮੇਰੇ ਕੋਲ ਪਈਆਂ ਨੇ ਜੀ, ਪਰ ਫੋਟੋ ਮੈਨੂੰ ਫੋਨ ਦੇ ਵਿੱਚ ਹੈਗੀਆਂ ਨੇ ਮੇਰੇ ਕੋਲ ਜੀ। ਅਸੀਂ ਚੌਕੀ ਮਾਨ ਜਦੋਂ ਇਕੱਠੇ ਹੋਏ ਸੀ ਉਦੋਂ ਅਸੀਂ ਫੋਟੋਆਂ ਖਿਚਾਈਆਂ ਸੀਗੀਆਂ ਜੀ, ਅਤੇ ਸੋਰੀ ਪਹਿਲਾਂ ਤਾਂ ਕੱਟ ਕਰੋ। ਆਹ ਦੇਖੋ ਜੀ, ਆਹ ਚੌਕੀ ਮਾਨ ਅਸੀਂ ਇਕੱਠੇ ਹੋਏ ਸੀ, SGS ਦੇ ਸਾਡੇ ਨਾਲ ਬਾਉਂਸਰ ਸੀਗੇ, ਅਸੀਂ ਇਕੱਠੇ ਹੋਏ ਹਾਂ ਜੀ। ਬਹੁਤ ਵਧੀਆ ਸਤਨਾਮ ਸਿੰਘ ਖੱਟੜਾ ਜਿਹੜਾ ਇੰਨਾ ਵਧੀਆ ਬੰਦਾ ਸੀ ਨਾ ਜੀ, ਕਿ ਇੱਕ ਦੂਜੇ ਦੀ ਹੈਲਪ ਕਰਨ ਵਾਲਾ ਬੰਦਾ, ਸਮਾਜ ਸੇਵੀ, ਗਰੀਬਾਂ ਦੀ ਸੇਵਾ ਕਰਨ ਵਾਲਾ ਬੰਦਾ ਸੀ ਉਹ ਜੀ, ਅਸੀਂ ਉਹਨੂੰ ਪਰਸਨਲ ਤੌਰ 'ਤੇ ਜਾਣਦੇ ਸੀਗੇ ਜੀ। ਬਹੁਤ ਹੀ ਵਧੀਆ ਇਨਸਾਨ ਸੀ, ਸਮਾਜ ਸੇਵੀ ਸੀ, ਔਰ ਗਰੀਬਾਂ ਦੀ ਮਦਦ ਕਰਨ ਵਾਲਾ ਸੀ। ਕਾਫੀ ਦੇਰ ਜਿਹੜੇ ਇਹਨਾਂ ਦੇ ਨਾਲ ਉਹਨਾਂ ਨੇ ਆਪਣੇ ਜਿਹੜੇ ਪਲ ਗੁਜ਼ਾਰੇ ਨੇ, ਕੁਛ ਹੋਰ ਵੀ ਸੱਜਣ ਹੈਗੇ ਨੇ। ਹਾਂਜੀ, ਕੀ ਨਾਮ ਤੁਹਾਡਾ ਜੀ? ਮੇਰਾ ਨਾਂ ਕੇਸ਼ਵ ਸ਼ਰਮਾ ਹੈ ਜੀ। ਕੇਸ਼ਵ ਜੀ, ਤੁਸੀਂ ਵੀ ਰਹੇ ਹੋ ਖੱਟੜਾ ਸਾਹਿਬ ਦੇ ਨਾਲ, ਕੀ ਤੁਹਾਡਾ ਐਕਸਪੀਰੀਅੰਸ ਰਿਹਾ ਉਹਨਾਂ ਨਾਲ? ਸਰ ਬਹੁਤ ਹੀ ਜ਼ਿਆਦਾ ਵਧੀਆ ਬੰਦੇ ਸੀਗੇ ਉਹ, ਮਤਲਬ ਕਿ ਇੰਨੇ ਕੁ ਸਮਾਜ ਸੇਵਕ ਸੀ ਕਿ ਉਹਨਾਂ ਨੇ ਅੱਜ ਤੱਕ ਕਿਸੇ ਤੋਂ ਫੰਡ ਨਹੀਂ ਲਿਆ ਸੀ, ਕਿਸੇ ਤੋਂ ਕੋਈ ਪੈਸਾ ਨਹੀਂ ਲਿਆ ਸੀ, ਪਰ ਆਪਣੇ ਆਪ 'ਤੇ ਮਤਲਬ ਕਿ ਆਪਣੇ ਜ਼ੋਰ 'ਤੇ ਉਹ ਸਾਰਾ ਕੰਮ ਕਰਦੇ ਸੀ। ਮਤਲਬ ਲੋਕਾਂ ਦੀ ਹੈਲਪ ਉਹਨਾਂ ਨੇ ਇੰਨੀ ਕੁ ਜ਼ਿਆਦਾ ਕੀਤੀ ਹੈ ਕਿ ਉਹਨਾਂ ਨੂੰ ਦੁਆਵਾਂ ਵੀ ਬਹੁਤ ਲੱਗੀਆਂ, ਅਤੇ SGC ਗਰੁੱਪ ਦੇ ਰਾਹੀਂ ਮੈਂ ਵੀ ਉਹਨਾਂ ਨੂੰ 1-2 ਵਾਰ ਮਿਲ ਚੁੱਕਿਆ। ਇੱਕ ਵਾਰ ਚੌਂਕੀ ਮਾਨ ਮਿਲਿਆ ਸੀ, ਇੱਕ ਵਾਰ ਖੰਨੇ ਕੋਲ ਜਾ ਕੇ ਵੀ ਮਿਲ ਕੇ ਆਇਆ ਸੀ। ਬਾਕੀ ਬਹੁਤ ਵਧੀਆ ਪਰਸਨ ਸੀਗੇ ਜੀ, ਭਗਵਾਨ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ। ਕਿੱਦਾਂ ਲੱਗਿਆ ਜਦੋਂ ਤੁਹਾਨੂੰ ਕਿਸੇ ਨੂੰ ਮੌਤ ਦੀ ਖਬਰ? ਇੱਕ ਵਾਰ ਤਾਂ ਬਹੁਤ ਵੱਡਾ ਝਟਕਾ ਲੱਗਾ ਕਿ ਜੀ ਸਾਡੇ ਪੰਜਾਬ ਦੇ ਐਡੇ ਵੱਡੇ ਖਿਡਾਰੀ ਕਬੱਡੀ ਦੇ, ਜੋ ਕਿ ਸਾਨੂੰ ਅਲਵਿਦਾ ਕਹਿ ਗਿਆ। ਪਹਿਲਾਂ ਵੀ 1-2 ਜਣੇ ਹੋਰ ਸੀਗੇ ਜਿਨ੍ਹਾਂ ਦੀ ਮਤਲਬ ਇਸ ਤਰ੍ਹਾਂ ਹੀ ਡੈਥ ਹੋਈ ਹੈ, ਪਰ ਸਤਨਾਮ ਖੱਟੜਾ ਜੀ ਬਾਰੇ ਸੁਣ ਕੇ ਬਹੁਤ ਦੁੱਖ ਲੱਗਿਆ ਜੀ। ਕਾਫੀ ਜ਼ਿਆਦਾ ਜਿਹੜਾ ਹੈਗਾ ਦੁੱਖ ਲੱਗਿਆ, ਕਿਉਂਕਿ ਇਹੋ ਜਿਹੇ ਲੋਕ ਜਿਹੜੇ ਹੈਗੇ ਨੇ ਬਹੁਤ ਹੀ ਘੱਟ ਮਿਲਦੇ ਨੇ। ਸਰ ਤੁਸੀਂ ਵੀ ਰਹੇ ਹੋ ਨਾਲ ਉਹਨਾਂ ਦੇ, ਕੀ ਕਹੋਗੇ? ਬਹੁਤ ਵਧੀਆ ਬੰਦੇ ਸੀ, ਲੋਕਾਂ ਦੀ ਮਦਦ ਵਗੈਰਾ ਕਰਦੇ ਸੀਗੇ, ਬਹੁਤ ਹੈਲਪ ਕਰਨ ਵਾਲੇ ਬੰਦੇ ਸੀ। ਉਹਨਾਂ ਵਰਗਾ ਬੰਦਾ ਤਾਂ ਸ਼ਾਇਦ ਹੋਣਾ ਨਹੀਂ ਕੋਈ, ਬਹੁਤ ਵੱਡਾ ਘਾਟਾ ਦੇ ਗਏ। ਕਦੋਂ ਤੁਸੀਂ ਲਾਸਟ ਮਿਲੇ ਉਹਨਾਂ ਨੂੰ? ਥੋੜ੍ਹਾ ਟਾਈਮ ਹੀ ਹੋਇਆ ਜੀ ਉਹਨਾਂ ਨੂੰ, ਮੀਨਜ਼ 1-2 ਮੰਥ ਹੀ ਹੋ ਚੁੱਕੇ ਆ, ਸ਼ੋਅ ਦੇ ਮੁਤਾਬਿਕ ਉਹਨਾਂ ਨੂੰ ਮਿਲੇ ਸੀਗੇ, ਅਤੇ ਬਹੁਤ ਵਧੀਆ ਲੱਗਾ ਉਹਨਾਂ ਨੂੰ ਮਿਲ ਕੇ। 2 ਕੁ ਮਹੀਨੇ ਪਹਿਲਾਂ ਇਹਨਾਂ ਦੀ ਮੁਲਾਕਾਤ ਜਿਹੜੀ ਹੈਗੀ ਹੈ ਚੌਂਕੀ ਮਾਨ ਕਿਸੇ ਫੰਕਸ਼ਨ ਦੇ ਉੱਤੇ ਹੋਈ ਸੀਗੀ, ਔਰ ਉੱਥੇ ਮਿਲੇ ਵੀ ਸੀਗੇ। ਜਿਵੇਂ ਕਿ ਹੁਣ ਲਾਕਡਾਊਨ ਚੱਲ ਰਿਹਾ, ਫੰਕਸ਼ਨ ਵਗੈਰਾ ਅੱਜ ਕੱਲ੍ਹ ਕਾਫੀ ਘੱਟ ਨੇ ਗੇ, ਅਤੇ ਕਿੰਨੇ ਟੂਰਨਾਮੈਂਟ ਉਹਨਾਂ ਨੇ ਖੇਡੇ ਹੋਣਗੇ ਤੁਹਾਡੇ ਨਾਲ? ਟੂਰਨਾਮੈਂਟ ਤਾਂ ਜੀ ਕੋਈ ਅਣਗਿਣਤੀ ਨਹੀਂ, ਕੋਈ ਉਹਨਾਂ ਦੀ ਜਿੰਨਾ ਟੂਰਨਾਮੈਂਟ ਉਹਨਾਂ ਨੇ ਖੇਡਿਆ ਜੀ। ਲੋਕਡਾਊਨ ਕਰਕੇ ਸਾਰਾ ਕੰਮ ਇਸ ਟਾਈਮ ਠੱਪ ਪਿਆ ਸੀਗਾ, ਅਤੇ ਇਸ ਕਰਕੇ ਕਿਤੇ ਨਹੀਂ ਜਾਂਦੇ ਸੀਗੇ ਜੀ ਉਹ, ਇਸ ਕਰਕੇ ਘਰੇ ਰਹਿੰਦੇ ਸੀ। 1-2 ਮੋਟੇ ਛੋਟੇ ਛੋਟੇ ਫੰਕਸ਼ਨ ਹੋਏ ਆ ਘਰਾਂ ਦੇ ਵਿੱਚ, ਉੱਥੇ ਅਸੀਂ ਉਹਨਾਂ ਨਾਲ ਮੁਲਾਕਾਤ ਹੋਈ ਆ, ਉਹ ਵੀ ਯਾਰੀ ਦੋਸਤੀ ਕਰਕੇ ਅਸੀਂ ਇਕੱਠੇ ਉੱਠਦੇ ਬਹਿੰਦੇ ਸੀਗੇ।
छोटे छोटे फंक्शन जोड़े आम घर होंगे ने फंक्शन के उन्होंने मुलाकात हुई है। असी भी अरदास करते हैं परमात्मा अगे कि राम सिंह खड़कड़ा की जी आत्मा है शांति मिले। सहयोगी दिलीप के नाल विपन ओकाड़ा जगबनी टीवी मोगा।